ਇਸੇ ਤਰ੍ਹਾਂ ਹੀ ਇਹ ਜਿਹੜਾ ਅਸੀਂ ਸ਼ੈੱਡ ਤਿਆਰ ਕੀਤਾ ਗਿਆ ਵਾ, ਇਹ ਸਾਰਾ ਨਟ ਤੇ ਬੋਲਡਾਂ ਤੇ ਕੀਤਾ ਗਿਆ ਵਾ। ਤੁਸੀਂ ਇਹਦਾ ਫਡੀਸ਼ਨ ਤੱਕ ਜਿੱਥੇ ਮਰਜ਼ੀ ਕੱਢ ਕੇ ਲੈ ਜਾਓ, ਇਹ ਸ਼ੈੱਡ ਨੂੰ ਇੱਥੋਂ ਲਿਜਾ ਕੇ ਕਿਤੇ ਹੋਰ ਬਣਾਉਣਾ ਚਾਹੋ ਤੇ ਉਹ ਵੀ ਬਣਾ ਸਕਦੇ ਹੋ। ਜਿੱਦਾਂ ਕਿ ਅਸੀਂ ਇੱਟਾਂ ਦਾ ਬਣਾ ਦਈਦਾ ਦੇਸੀ ਤਰੀਕੇ ਨਾਲ, ਉਹ ਇੱਟਾਂ ਸਾਡੀਆਂ ਜ਼ਾਇਆ ਹੋ ਜਾਂਦੀਆਂ, ਜਿਹੜੀ ਮਜ਼ਦੂਰੀ ਉੱਤੇ ਪਈ ਉਹ ਜ਼ਾਇਆ ਹੋ ਗਈ, ਕਿ ਇੱਟਾਂ ਅਸੀਂ ਕਿਤੇ ਲਿਜਾ ਤਾਂ ਨਹੀਂ ਸਕਦੇ, ਦੁਬਾਰਾ ਤਿਆਰ ਨਹੀਂ ਹੋ ਸਕਦੀਆਂ। ਇਹ ਨਟ ਜਿਹੜੇ ਆ ਤੇ ਬੋਲਡ, ਇਹਨਾਂ ਨੂੰ ਖੋਲ ਕੇ ਤੁਸੀਂ ਜਿੱਥੇ ਮਰਜ਼ੀ ਹੋਰ ਲਿਜਾ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਸ਼ੈੱਡ ਨੂੰ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਸਾਹਿਬ, ਕੀ ਹਾਲ ਚਾਲ ਨੇ? ਬਸ ਠੀਕ ਜਨਾਬ, ਤੁਹਾਡੀਆਂ ਦੁਆਵਾਂ ਜੀ। ਅੱਲਾ ਤੁਹਾਨੂੰ ਖੁਸ਼ ਰੱਖੇ ਜੀ। ਸਭ ਤੋਂ ਪਹਿਲਾਂ ਆਪਦਾ ਨਾਂ ਦੱਸ ਦਿਓ ਤੇ ਆਪਦੇ ਸ਼ਹਿਰ ਦਾ ਨਾਂ ਦੱਸੋ ਤੇ ਨਾਲ ਜ਼ਿਲ੍ਹੇ ਦਾ ਨਾਂ ਦੱਸ ਦਿਓ। ਦੇਖੋ ਜੀ, ਰਾਣਾ ਤਨਵੀਰ ਹੁਸੈਨ ਮੇਰਾ ਨਾਂ ਵਾ ਜੀ, ਤੇ ਜ਼ਿਲ੍ਹਾ ਉਕਾੜਾ ਤੇ ਤਹਿਸੀਲ ਰਿਨਾਲਾ ਖੁਰਦ ਤੋਂ ਮੇਰਾ ਤਲਕ ਹੈ ਜੀ। ਹਾਂਜੀ, ਅੱਜ ਤੁਹਾਡੇ ਕੋਲ ਸੱਚੀਆਂ ਤੇ ਸੋਹਣੀਆਂ ਗੱਲਾਂ ਤੁਹਾਡੇ ਪੁੱਛਣੀਆਂ ਨੇ, ਉਹ ਵੀ ਆਪਣੇ ਠੋਸ ਪੰਜਾਬੀ ਜ਼ਬਾਨ ਦੇ ਵਿੱਚ। ਜਨਾਬ, ਅਸੀਂ ਸੱਚੀਆਂ ਤੇ ਖਰੀਆਂ ਗੱਲਾਂ ਕਰਾਂਗੇ ਤੇ ਠੋਸ ਪੰਜਾਬੀ ਤਰੀਕੇ ਨਾਲ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੋ ਤੁਸੀਂ ਪੁੱਛੋਗੇ। ਇੱਕ ਇੱਕ ਗੱਲ ਤੇ ਇੱਕ ਇੱਕ ਪੁਆਇੰਟ ਦੱਸਣਾ ਜੀ। ਜਨਾਬ, ਇੱਕ ਇੱਕ ਪੁਆਇੰਟ ਦੱਸਾਂਗੇ। ਆਪਣਾ ਮਾਡਰਨ ਵੀ ਹੈ ਤੇ ਦੇਸੀ ਵੀ, ਇਹ ਸ਼ਰਟ ਤੁਸੀਂ ਬਣਾਇਆ? ਇਹ ਜਨਾਬ ਦੇਸੀ ਲੁੱਕ ਤੇ ਬਣਾਇਆ ਵਾ ਜਨਾਬ, ਸ਼ਰਟ ਜਿਹੜਾ ਮਾਡਰਨ ਆ ਇਹਨੂੰ ਅਸੀਂ ਨਵੀਂ ਅਲਫਾਜ਼ ਚ ਕਹਿ ਦਿੰਦੇ ਕਿ ਆਈਕੀਆ ਦਾ ਸਿਸਟਮ ਦਿੱਤਾ ਵਾ। ਜੀ ਜੀ ਸਰ। ਤੇ ਦੇਸੀ ਲੋਕਾਂ ਨੂੰ ਇਹ ਦਿੱਤੀ ਕਿ ਇਹ ਗਾਨਿਆਂ ਦੀ ਛੱਤ ਆ। ਜੀ ਜੀ। ਇਹ ਤੁਸੀਂ ਦੇਖ ਸਕਦੇ, ਇਹ ਗਰਮ ਨਹੀਂ ਹੁੰਦੀ ਜਨਾਬ, ਜਿੰਨਾ ਹੀ ਮਰਜ਼ੀ ਟੈਂਪਰੇਚਰ ਹੋਵੇ ਤੁਹਾਡਾ। ਜੀ ਸਰ। 44 ਹੋਵੇ, 45 ਹੋਵੇ, ਜਾਨਵਰ ਤੁਹਾਡਾ ਐਂ ਸਕੂਨ ਚ ਠੰਡੀਆਂ ਹਵਾਵਾਂ ਥੱਲੇ ਬੈਠਾ। ਜੀ। ਅੱਛਾ ਰਾਣਾ ਸਾਹਿਬ, ਜਿਹੜਾ ਤੁਸੀਂ ਦੱਸਿਆ ਸਿਸਟਮ ਹੈ, ਉਹ ਕਿਹੜਾ ਹੈ ਤੇ ਇਹ ਜਿਹੜਾ ਸਿਸਟਮ ਇਹਦੀ ਕੀ ਖੂਬੀ ਹੈ? ਕੰਪਨੀ ਹੈ ਜੀ, ਉਹ ਫਰਨੀਚਰ ਤਿਆਰ ਕਰਦੀ ਦੁਨੀਆ ਦੇ ਵਿੱਚ, ਔਰ ਉਹਦਾ ਸਿਸਟਮ ਇਹ ਹੈ ਕਿ ਉਹ ਸਾਰਾ ਨਟ ਬੋਲਡ ਤੇ ਤਿਆਰ ਹੁੰਦਾ। ਅੱਛਾ। ਯਾਨੀ ਕਿ ਤੁਸੀਂ ਆਈਕੀਆ ਦੇ ਸਿਸਟਮ ਤੇ ਜਾਂਦੇ ਹੋ, ਉੱਥੇ ਦੇਖਦੇ ਹੋ ਜੀ, ਤੁਹਾਨੂੰ ਬੈੱਡ ਅੱਛੇ ਲੱਗੇ ਨੇ, ਅਲਮਾਰੀਆਂ ਅੱਛੀਆਂ ਲੱਗੀਆਂ, ਸੋਫੇ ਅੱਛੇ ਲੱਗੇ ਨੇ, ਉਹ ਤੁਹਾਨੂੰ ਪੈਕ ਕਰਕੇ ਦੇ ਦਿੰਦੇ, ਗੱਡੀ 'ਚ ਰੱਖ ਕੇ ਤੁਸੀਂ ਲੈ ਆਓ, ਉਹਨੂੰ ਘਰ ਲਿਆਉਣ ਕੇ ਇੱਕ ਨਾਲ ਪੰਫਲੇਟ ਦਿੰਦੇ ਨੇ, ਉਹਨੂੰ ਲਿਆਉਣ ਕੇ ਉਹਨੂੰ ਪੜ੍ਹੀ ਜਾਓ ਅਤੇ ਉਹ ਚੀਜ਼ਾਂ ਫਿੱਟ ਕਰੀ ਜਾਓ। ਅੱਛਾ। ਇਸੇ ਤਰ੍ਹਾਂ ਹੀ ਇਹ ਜਿਹੜਾ ਅਸੀਂ ਸ਼ੈੱਡ ਤਿਆਰ ਕੀਤਾ ਗਿਆ ਵਾ, ਇਹ ਸਾਰਾ ਨਟ ਅਤੇ ਬੋਲਡਾਂ 'ਤੇ ਕੀਤਾ ਗਿਆ ਵਾ। ਤੁਸੀਂ ਇਹਦਾ ਫਡੀਸ਼ਨ ਤੱਕ ਜਿੱਥੇ ਮਰਜ਼ੀ ਕੱਢ ਕੇ ਲੈ ਜਾਓ, ਇਹ ਸ਼ੈੱਡ ਨੂੰ ਇੱਥੋਂ ਲਿਜਾ ਕੇ ਕਿਤੇ ਹੋਰ ਬਣਾਉਣਾ ਚਾਹੋ ਤੇ ਉਹ ਵੀ ਬਣਾ ਸਕਦੇ ਹੋ। ਜਿੱਦਾਂ ਕਿ ਅਸੀਂ ਇੱਟਾਂ ਦਾ ਬਣਾ ਦਈਦਾ ਦੇਸੀ ਤਰੀਕੇ ਨਾਲ, ਉਹ ਇੱਟਾਂ ਸਾਡੀਆਂ ਜ਼ਾਇਆ ਹੋ ਜਾਂਦੀਆਂ, ਜਿਹੜੀ ਮਜ਼ਦੂਰੀ ਉੱਤੇ ਪਈ ਉਹ ਜ਼ਾਇਆ ਹੋ ਗਈ, ਕਿ ਇੱਟਾਂ ਅਸੀਂ ਕਿਤੇ ਲਿਜਾ ਤਾਂ ਨਹੀਂ ਸਕਦੇ, ਦੁਬਾਰਾ ਤਿਆਰ ਨਹੀਂ ਹੋ ਸਕਦੀਆਂ। ਇਹ ਨਟ ਜਿਹੜੇ ਆ ਤੇ ਬੋਲਡ, ਇਹਨਾਂ ਨੂੰ ਖੋਲ ਕੇ ਤੁਸੀਂ ਜਿੱਥੇ ਮਰਜ਼ੀ ਹੋਰ ਲਿਜਾ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਸ਼ੈੱਡ ਨੂੰ। ਠੀਕ ਹੈ। ਆ ਜਿਹੜਾ ਕੰਪਨੀ ਦਾ ਨਾਂ ਲਿਆ ਜੀ, ਇਹ ਜ਼ਰਾ ਸਲੋ ਲਵੋ, ਮੈਨੂੰ ਵੀ ਸਮਝ ਆਈਏ ਤੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਸਮਝ ਆਈਏ। ਆਈਕੀਆ, ਆਈਕੀਆ ਕੰਪਨੀ ਹੈ। ਆਈਕੀਆ ਦੇ ਵਿੱਚ ਤੁਸੀਂ ਜਦੋਂ ਗੂਗਲ ਤੇ ਜਾ ਕੇ ਸਰਚ ਕਰੋਗੇ ਨਾ ਜੀ, ਤੇ ਆਈਕੀਆ ਫਰਨੀਚਰ ਦੀ ਤੁਸੀਂ ਦੇਖਣਾ ਤੇ ਉਹ ਆਈਕੀਆ ਆ ਜਾਏਗਾ। ਜੀ ਜੀ। ਹਾਂ। ਅੱਛਾ, ਸਾਨੂੰ ਸੋਹਣੀਆਂ ਸੱਚੀਆਂ ਗੱਲਾਂ ਹੁਣ ਇੱਥੇ ਦੱਸੋ, ਇੱਕ ਪੁਆਇੰਟ ਤੇ ਇੱਕ ਇੱਕ। ਇਹ ਸਰ ਜਿਹੜਾ ਤੁਸੀਂ ਦੱਸਦੇ ਹੋ ਪੇ, ਇਹ ਜਿਹੜੇ ਪਾਈਪ ਲੱਗੇ ਨੇ ਸ਼ੈੱਡ ਦੇ, ਇਹ ਤੁਸੀਂ ਕਹਿ ਰਹੇ ਹੋ ਕਿ ਅਗਰ ਸਾਹਮਣਾ ਪਾਈਪ ਦੇਖੀ ਤੇ ਸਾਰੇ ਲੈਨ ਸਿਰ ਕੋਈ ਡਿਫਰੈਂਸ ਨਹੀਂ, ਇਹ ਥੋੜਾ ਦੱਸੋ, ਵਜ਼ਾਹਤ ਕਰੋ ਨਾ। ਇਹ ਦੇਖੋ ਨਾ ਜੀ ਕਿ ਤੁਸੀਂ ਇਹਦੇ ਵਿੱਚ ਕੋਈ ਇੱਕ ਮਿਲੀ ਦਾ ਵੀ ਫਰਕ ਨਹੀਂ ਆਉਂਦਾ, ਇੱਕ ਪੋਲ ਨੂੰ ਦੇਖੋ ਤੇ ਤੁਹਾਨੂੰ ਆਖਰੀ ਪੋਲ ਜਿਹੜਾ ਨਜ਼ਰ ਨਹੀਂ ਆਏਗਾ, ਬਿਲਕੁਲ ਐਕੂਰੇਟ ਆਏਗਾ। ਇਹਦੀ ਵਜ੍ਹਾ ਇਹ ਕਿ ਅਸੀਂ ਫਡੀਸ਼ਨ ਜਿਹੜੇ ਆ ਨਾ ਬਾਹਰ ਤਿਆਰ ਕੀਤੇ ਆ, ਇੱਥੇ ਨਹੀਂ ਗਰਾਊਂਡ ਕੀਤੇ। ਇਹ 3.5 ਫੁੱਟ ਦਾ ਅਸੀਂ ਫਡੀਸ਼ਨ ਤਿਆਰ ਕੀਤਾ, 3 ਫੁੱਟ ਦੇ ਵਿੱਚ ਜਿਹੜੇ ਬੋਲਟ ਨੇ ਜੀ ਸਰ, ਇਧਰ ਆ ਕੇ ਜਰਾ ਦੋਸਤਾਂ ਨੂੰ ਦੱਸੋ, ਚੈੱਕ ਕਰ ਸਕਦੇ ਤੁਸੀਂ ਫਡੀਸ਼ਨ ਕੀ ਹੁੰਦਾ ਜੀ, ਸਾਨੂੰ ਪੰਜਾਬੀ ਦੱਸੋ ਨਾ, ਇੰਗਲਿਸ਼ ਨਾਲ ਗੱਲ ਕਰੋ। ਬੁਨਿਆਦ ਜਿਹੜੀ ਆ, ਜਿਹੜੀ ਜੀ ਬੁਨਿਆਦ ਹੈ ਨਾ, ਜਿੱਥੇ ਸੀਮਟ ਦਾ ਰੇਤ ਤੇ ਬਜਰੀ ਪਾਈ ਆ ਜੀ, ਇਹ ਇਹਦੇ ਵਿੱਚ ਲੋਹੇ ਦੇ ਆ ਐਲ ਸ਼ੇਪ ਬਣਾ ਕੇ ਨਾ ਜੀ, ਇਹ ਬੋਲਟ ਪਾਏ ਨੇ, ਇਹਨਾਂ ਦੀ ਲੈਂਥ ਆ 3 ਫੁੱਟ। ਅੱਛਾ, ਜਿਹੜੇ ਬੋਲਟ ਨੇ, ਜਿਹੜੇ ਬੋਲਟ ਨੇ ਇਹ ਉੱਪਰ ਨਟ ਲੱਗੇ ਨੇ ਜੀ, ਇਹ ਬਾਹਰ ਤਿਆਰ ਕਰਕੇ ਇਹਨੂੰ 3 ਦਿਨ ਖੁਸ਼ਕ ਕੀਤਾ ਗਿਆ, ਉਸ ਤੋਂ ਬਾਅਦ ਇਹਨੂੰ ਖੱਡਾ ਕੱਢਿਆ ਗਿਆ ਜੀ, ਖੱਡੇ ਦੇ ਵਿੱਚ ਇਹਨੂੰ ਰੱਖ ਕੇ ਇਹਨਾਂ ਸਾਰਿਆਂ ਨੂੰ ਇੱਕ ਲਾਈਨ ਤੇ ਰੱਖਿਆ ਗਿਆ ਜੀ, ਰੱਖ ਕੇ ਫਿਰ ਅਗਰ ਇਹਨਾਂ ਦੇ ਵਿੱਚ ਉੱਪਰੋਂ ਪਾਈਪ ਦਾ ਲੈਵਲ
ਤੁਹਾਨੂੰ ਫਰਕ ਆਉਂਦਾ ਵਾ ਤੇ ਇਹ ਨਟ ਤੋਂ ਤੁਸੀਂ ਉਹਨੂੰ ਥੱਲੇ ਉੱਤੇ ਕਰ ਸਕਦੇ ਹੋ ਜੀ। ਉਹਨਾਂ ਇਹ ਆ ਕਿ ਤੁਹਾਡਾ ਜਿਹੜਾ ਪੈਪ ਆ ਇਹ ਬਿਲਕੁਲ ਸਿੱਧਾ ਹੋ ਜਾਏਗਾ। ਇਹ ਪੈਪ ਦੀ ਜਿਹੜੀ ਮੋਟਾਈ ਆ ਇਹ 3 ਇੰਚ ਵਾ, 3 ਇੰਚੀ ਦਾ ਪੈਪ ਆ, 20 ਫੁੱਟ ਦੀਆਂ ਲੈਂਥਾਂ ਹੁੰਦੀਆਂ ਵਾ ਬਦਾਮੀ ਬਾਗੋਂ। ਠੀਕ ਹੈ। ਇਹ ਮਾਲ ਸਾਰਾ ਜਿਹੜਾ ਲੋਹੇ ਦਾ ਮੈਂ ਲੈ ਕੇ ਆਇਆ ਸੀ, ਇਹ 12 ਲੱਖ ਰੁਪਏ ਦਾ ਮੈਂ ਮਟੀਰੀਅਲ ਹੀ ਸਿਰਫ ਲਾਹੌਰੋਂ ਲੈ ਕੇ ਆਇਆ ਸੀ ਮਜ਼ਦੂਰੀ ਤੋਂ ਇਲਾਵਾ। ਠੀਕ ਹੈ ਜੀ। ਇਹ ਅੱਜ ਤੋਂ 2 ਸਾਲ ਪਹਿਲੇ ਦੀ ਗੱਲ ਆ। ਇਹ 20 ਫੁੱਟ ਦੀ ਲੈਂਥ ਹੁੰਦੀ ਆ, ਇਹਦਾ ਜਿਹੜਾ ਵਿਚਲਾ ਵਾਇਆ ਵਾ ਇਹ 17 ਫੁੱਟ ਵਾ ਜੀ, ਔਰ ਇਹ ਜਿਹੜੀ ਛੱਤ ਆ ਇਹ 20 ਫੁੱਟ ਵਾ। ਠੀਕ ਹੈ। ਇਹ 3 ਫੁੱਟ ਉੱਪਰੋਂ ਸ਼ੇਡ ਬਣਾਇਆ ਗਿਆ ਵਾ ਜੀ, ਤੇ ਇਹ ਜਿਹੜੀ ਆਹ ਚੀਜ਼ਾਂ ਵਾ 10 ਫੁੱਟ ਜਿਹੜਾ ਵਾ ਆਹ ਸੋਲੰਗ ਲਾਇਆ ਗਿਆ ਵਾ, 7 ਫੁੱਟ ਜਾਨਵਰਾਂ ਦੇ ਬਹਿਣ ਲਈ ਜਗ੍ਹਾ ਬਣਾਈ ਗਈ, ਕੱਚੀ ਜਗ੍ਹਾ ਬਹਿਣ। ਠੀਕ ਹੈ। ਠੀਕ ਹੈ ਜੀ। ਅੱਗੇ ਜਿਹੜਾ ਅਸੀਂ ਕੋਈ 20 ਫੁੱਟ ਜਗ੍ਹਾ ਵੈਸੇ ਛੱਡੀ ਆ ਜਾਨਵਰਾਂ ਦੇ ਫਿਰਨ ਤੁਰਨ ਲਈ, ਜਾਨਵਰ ਅਸੀਂ ਖੁੱਲੇ ਛੱਡੇ ਆ ਜੀ। ਇਹ ਸਾਰਾ ਹੀ ਸਿਸਟਮ ਇੱਦਾਂ ਹੀ, ਅੱਗੇ 3 ਫੁੱਟ ਦੇ ਪੈਪ ਲਾਏ ਆ ਜਿੱਥੇ ਖੁਰਲੀਆਂ ਬਣਾਈਆਂ, ਔਰ 1.5 ਫੁੱਟ ਦੇ ਥੱਲਿਓਂ ਉਹ ਲਿਆਣ ਕੇ ਸੀਮਿੰਟ ਦੀਆਂ ਇੱਟਾਂ ਲਾ ਕੇ ਜੀ ਖੁਰਲੀ ਬਣਾਈ ਗਈ ਆ, ਔਰ ਇਹਨੂੰ ਸਾਈਡ ਤੋਂ ਗੋਲ ਕੀਤਾ ਗਿਆ ਵਾ। ਅੱਛਾ। ਠੀਕ ਹੈ ਜੀ। ਇਹ 1.5 ਫੁੱਟ ਵਾ, ਇਹ ਜਿਹੜੀ 3 ਫੁੱਟ ਇਹਦੀ ਹਾਈਟ ਆ ਉੱਪਰਲੇ ਪੈਪ ਦੀ, ਤਾਂ ਕਿ ਜਿਹੜਾ ਜਾਨਵਰ ਆ ਤੁਹਾਡਾ ਉਹ ਖੁਰਲੀ ਤੋਂ ਬਾਹਰ ਨਾ ਜਾਵੇ ਜੀ। ਜੀ। ਅਗਰ ਤੁਸੀਂ ਇਹਦੇ ਵਿੱਚ ਇਹ ਹੈਗਾ ਵਾ ਜਿਹੜੇ ਵੱਛੇ ਔਰ ਕੱਟੇ ਰੱਖਣ ਲਈ ਜੀ, ਅਗਰ ਤੁਸੀਂ ਆਸਟ੍ਰੇਲੀਅਨ ਗਾਵਾਂ ਰੱਖਣੀਆਂ ਵਾ ਤੇ ਉਹਦੇ ਲਈ ਤਰੀਕਾ ਥੋੜਾ ਜਿਹਾ ਚੇਂਜ ਹੋ ਜਾਂਦਾ ਵਾ। ਉਹਦੇ ਚ ਕੀ ਚੇਂਜਿੰਗ ਹੈ? ਉਹਦੇ ਵਿੱਚ ਚੇਂਜਿੰਗ ਇਹ ਹੈ ਕਿ ਥੋੜੀ ਜਿਹੀ ਖੁਰਲੀ ਤੁਹਾਨੂੰ ਉੱਤੇ ਲਿਜਾਣੀ ਪੈਂਦੀ ਆ। ਠੀਕ ਹੈ। ਇਹ ਤੁਹਾਨੂੰ ਥੋੜੇ ਉੱਪਰ ਲਿਜਾਣੀ ਪੈਂਦੀ ਕਿਉਂਕਿ ਉਹ ਵੱਡਾ ਜਾਨਵਰ ਹੁੰਦਾ ਨਾ ਦੁੱਧ ਵਾਲਾ, ਉਹ ਇਸ ਵਜ੍ਹਾ ਤੋਂ। ਬਾਕੀ ਉਹਦੇ ਲਈ ਤੁਹਾਨੂੰ ਚਿਲਰ ਲਾਉਣੇ, ਚਿਲਰ ਵੀ ਰੱਖਣਾ ਪੈਂਦਾ ਵਾ, ਸ਼ਾਵਰ ਲਾਉਣੇ ਪੈਂਦੇ ਆ, ਪੱਖੇ ਲਾਉਣੇ ਪੈਂਦੇ ਆ, ਜਦਕਿ ਤੁਸੀਂ ਵੱਛੇ ਔਰ ਕੱਟੇ ਲਈ ਤੁਹਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਜੀ। ਜੀ। ਅਗਰ ਤੁਸੀਂ ਕੱਟਾ ਪਾਲਣਾ ਵਾ ਤਾਂ ਅਸੀਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਇੱਕ ਕਿਲੇ ਦੇ ਵਿੱਚ ਪੂਲ ਬਣਾਇਆ ਸਿਰਫ ਕੱਟਿਆਂ ਦੇ ਨਹਾਉਣ ਲਈ ਜੀ। ਠੀਕ ਹੈ ਜੀ। ਔਰ ਨਾਲ ਉਹਨੂੰ ਅਸੀਂ ਦੇਸੀ ਤਰੀਕੇ ਨਾਲ ਉਹਦੇ ਵਿੱਚ ਮੱਛੀ ਤਿਆਰ ਕਰੀਦੀ ਆ, ਔਰ ਇਹਦੀ ਜਿਹੜੀ ਹਾਈਟ ਆ ਉਹ ਪਹਿਲੀ ਜਿਹੜੀ ਛੱਤ ਦੀ ਸਲੋਪ ਆ ਉਹ 14 ਫੁੱਟ ਆ, ਜਿਹੜੀ ਦੂਸਰੀ ਛੱਤ ਆ ਉਹ 17 ਫੁੱਟ ਵਾ। ਠੀਕ ਹੈ। ਇਹਦਾ ਵਿਚਲਾ ਵਾਇਆ ਜਿਹੜਾ ਵਾ ਉਹ 14 ਫੁੱਟ ਵਾ, ਔਰ ਇਹਦੀ ਜਿਹੜੀ ਚੌੜਾਈ ਆ ਟੋਟਲ ਉਹ 45 ਫੁੱਟ ਆ ਜੀ, ਲੰਬਾਈ ਇਹਦੀ 150 ਫੁੱਟ ਆ। ਠੀਕ ਹੈ। ਔਰ ਇਹਦੇ ਵਿੱਚ 200+ ਜਾਨਵਰ ਤੁਹਾਡਾ ਰਹਿ ਸਕਦਾ। ਇਹਦੇ ਵਿੱਚ 4 ਹਿੱਸੇ ਕੀਤੇ ਗਏ ਆ ਜੀ। ਅੱਗੇ ਅਸੀਂ ਪਾਣੀ ਦੀਆਂ ਹੌਦੀਆਂ ਬਣਾਈਆਂ ਵਾ ਜੀ। ਪਾਣੀ ਅਸੀਂ ਜਿਹੜਾ ਵਾ ਕਿ ਉੱਥੋਂ ਬਟਨ ਚਲਾ ਦੀਦਾ ਵਾ, ਪੰਪ ਚੱਲ ਪੈਂਦੇ ਆ, ਕੋਈ ਬੰਦੇ ਦੀ ਜ਼ਰੂਰਤ ਨਹੀਂ ਕਿ ਜਾ ਕੇ ਉਹ ਪੈਪ ਫੜੇ ਤੇ ਉਹ ਹੌਦੀ ਨੂੰ ਭਰੇ ਜੀ। ਉਹ ਪੈਪ ਆ ਰਹੇ ਉੱਪਰੋਂ ਦੀ, ਠੀਕ ਹੈ, ਛੱਤ ਦੇ ਉੱਪਰੋਂ ਦੀ। ਅੱਛਾ। ਉਹ ਪਾਣੀ ਉੱਥੇ ਪੈਪ ਖੋਲ ਦੇਈਦੇ ਆ, ਪਾਣੀ ਚੱਲ ਰਿਹਾ ਹੁੰਦਾ ਵਾ, ਉੱਥੋਂ ਪੰਪ ਚਲਾਓ ਜੀ ਜ਼ਰਾ ਜੀ, ਇਧਰ ਪੰਪ ਚਲਾਈ ਉੱਥੋਂ। ਅੱਛਾ ਜੀ। ਆ ਜਾਨਵਰਾਂ ਦੇ ਪਾਣੀ ਪੀਣ ਵਾਸਤੇ ਹੋ ਗਏ। ਹਾਂ। ਔਰ ਇਹ ਜਿਹੜਾ ਨਾ ਜੀ ਇਹ ਹੌਦੀਆਂ ਬਣਾਈਆਂ ਗਈਆਂ ਵਾ ਜੀ, ਔਰ ਇਹਦੇ ਵਿੱਚ ਨਾਲ ਚੂਨਾ ਪਾਇਆ ਜਾਂਦਾ ਤਾਂ ਕਿ ਇਹਦੇ ਅੰਦਰ ਜਿਹੜੇ ਇਹਦੇ ਬੈਕਟੀਰੀਆ ਨਾ ਜੀ ਉਹ ਡੈਡ ਹੋ ਜਾਣ। ਅੱਛਾ। ਮਰ ਜਾਣ, ਪਾਣੀ ਸਾਫ਼ ਰਹੇ, ਜਾਨਵਰ ਦੇ ਵਿੱਚ ਕੋਈ ਫੰਗਸ ਵਗੈਰਾ ਨਾ ਜਿਹੜੀ ਉੱਲੀ ਜੀ ਹੁੰਦੀ ਜੀ ਜੀ ਉਹ ਨਾ ਆਵੇ। ਇਹਨਾਂ ਦੀ ਇੱਦਾਂ ਹੀ ਵਾਟਰ ਸਪਲਾਈ ਉੱਤੋਂ ਲਿਆਂਦੀ ਗਈ ਆ, ਔਰ ਇਹ ਜਿਹੜੀ ਸਿਰਕੀ ਪਾਈ ਗਈ ਹੈ ਇਹਦੇ ਉੱਪਰ ਇੱਕ ਹੋਰ ਸਿਰਕੀ ਆ ਬਰੀਕ। ਅੱਛਾ। ਉਹਦੇ ਉੱਪਰ ਛਾਪਰ ਆ, ਉਹਦੇ ਉੱਪਰ 6 ਇੰਚੀ ਮਿੱਟੀ ਦੀ ਲਹਿਰ ਆ। ਠੀਕ ਹੈ। ਲੇਅਰ ਆ ਉਹਦੇ ਉੱਪਰ, ਅਸੀਂ ਇਹਨੂੰ ਲਿਪ ਦਿੱਤਾ ਜਿੱਦਾਂ ਪਿੰਡਾਂ ਦੇ ਵਿੱਚ ਛੱਤਾਂ ਲਿਪਦੇ ਨੇ ਜੀ ਜੀ, ਔਰ ਅਲਹਮਦੁਲਿਲਾ ਇਹ 14 ਫੁੱਟ ਤੋਂ ਜਿਹੜੀ ਹਾਈਟ ਆ ਇਹਦੇ ਤੁਸੀਂ ਵੀ ਫਿਰਨ ਤੁਰਨ ਲਏ ਆ, ਕੋਈ ਹੀਟ ਨਹੀਂ ਤੁਹਾਨੂੰ ਮਹਿਸੂਸ ਹੋ ਜੀ ਜੀ, ਹਵਾ ਦਾ ਨਿਜ਼ਾਮ ਖੁੱਲ੍ਹਾ ਵਾ, ਜਾਨਵਰ ਆਪਣੇ ਆਪ ਨੂੰ ਹੋਰ ਸਕੂਨ ਮਹਿਸੂਸ ਕਰਦਾ। ਇਹ ਜਿਹੜਾ 10 ਫੁੱਟ ਅਸੀਂ ਰੱਖਿਆ ਥੱਲੇ ਇਹ ਇਸ ਲਈ ਰੱਖਿਆ ਕਿ ਜਾਨਵਰ ਅਗਰ ਇੱਧਰ ਜਾਂਦਾ ਖਾਣਾ ਆਪਣਾ ਸਬਜ਼ ਚਾਰਾ ਖਾਣ ਉਹ ਖਾ ਕੇ, ਅਤੇ ਜਾਨਵਰ ਨੂੰ ਆਪਣਾ ਜਿਹੜਾ ਸਕੂਨ ਮਿਲਦਾ ਵਾ ਉਹ ਆਣ ਕੇ ਮਿੱਟੀ 'ਤੇ ਮਿਲਦਾ ਵਾ ਜੀ ਜੀ।
ਉਹ ਇਸ ਲਈ ਆਪਣਾ ਸਬਜ਼ ਚਾਰੇ ਤੋਂ ਬਾਅਦ ਇੱਥੇ ਆ ਜਾਂਦਾ ਵਾ, ਇੱਥੇ ਆਣ ਕੇ ਉਹ ਆਪਣੀ ਜਗਾਲੀ ਕਰਦਾ ਵਾ ਜੀ ਜੀ, ਔਰ ਜਗਾਲੀ ਕਰਕੇ ਆਪਣੇ ਆਪ ਨੂੰ ਪੁਰਸਕੂਨ ਬਿਠਾਉਂਦਾ ਇੱਥੇ। ਠੀਕ ਹੈ, ਹੋਰ ਜੋ ਤੁਹਾਡਾ ਸਵਾਲ ਆ ਉਹ ਅਸੀਂ ਜਨਾਬ ਦੱਸਾਂਗੇ ਜੀ ਜੀ। ਸਰ ਤੁਸੀਂ ਇਹ ਜਿਹੜਾ ਰਾ ਮਟੀਰੀਅਲ ਸੀ ਜਿਹਦੇ ਵਿੱਚ ਪਾਈਪ ਨੇ, ਤੁਸੀਂ ਐਂਗਲ ਵਗੈਰਾ, ਉਹਦੀ ਜਿਹੜੀ ਕੀਮਤ ਹੈ ਅੱਜ ਤੋਂ 2 ਸਾਲ ਪਹਿਲੇ 12 ਲੱਖ ਦੱਸੀ ਹੈ। 12 ਲੱਖ ਰੁਪਏ ਦਾ ਸਿਰਫ ਮਟੀਰੀਅਲ ਆ, ਮਟੀਰੀਅਲ, ਔਰ ਜਿਹੜੀ ਇਹਦੀ ਬਣਵਾਈ ਦਿੱਤੀ ਗਈ ਆ ਉਹ ਵੱਖਰੀ ਆ। ਇਹਦੇ ਉੱਤੇ ਜਿਹੜਾ ਵੈਲਡਿੰਗ ਕਟਰ, ਯਾਨੀ ਕਿ ਜਿਹੜੀਆਂ ਇਹਨਾਂ ਡਿਸਕਾਂ ਲੱਗੀਆਂ ਇਹਨਾਂ ਨੂੰ ਕਟਿੰਗ ਕੀਤਾ ਗਿਆ ਉਹ ਸਾਡਾ ਸੀ, ਅਤੇ ਜਿਹੜਾ ਉਹਨਾਂ ਨੇ ਬਣਵਾਈ ਲਈ ਉਹ ਆਪਣੀ ਵੱਖਰੀ ਲਈ। ਠੀਕ ਹੈ, ਉਹ ਸਕੇਅਰ ਫੁੱਟਾਂ ਦੇ ਹਿਸਾਬ ਨਾਲ ਲੈਂਦੇ ਆ, ਉਹ ਉਸ ਵਕਤ ਦੇ ਹਿਸਾਬ ਨਾਲ ਜੋ ਵੀ ਸਕੇਅਰ ਫੁੱਟ ਸੀ ਉਹ ਅਸੀਂ ਉਹਨਾਂ ਨੂੰ ਦਿੱਤਾ। ਇਸ ਟਾਈਮ ਮੌਜੂਦਾ ਜੋ ਸਕੇਅਰ ਫੁੱਟ ਆ ਉਹ ਹੋਰ ਹੋਏਗਾ। ਉੱਦਾਂ ਬਹੁਤ ਸਾਰੇ ਲੋਕ ਨੇ ਕਿ ਜਿਹੜੇ ਤੁਹਾਨੂੰ ਵਿਦ ਮਟੀਰੀਅਲ ਇਹ ਸਕੇਅਰ ਫੁੱਟਾਂ 'ਚ ਵੀ ਬਣਾ ਕੇ ਦਿੰਦੇ ਨੇ। ਅਤੇ ਤੁਹਾਡਾ ਫਿਰ ਜ਼ੇਨ ਕੀ ਕਹਿੰਦਾ ਹੈ ਕਿ ਅਗਰ ਕਿਸੇ ਦੋਸਤ, ਅਸੀਂ ਇਹ ਕਹਿੰਦੇ ਕਿ ਅਸੀਂ ਮਾਲ ਆਪ ਤੁਸੀਂ ਲਿਆਉਣ ਕੇ ਬਦਾਮੀ ਬਾਗੋਂ ਲੈ ਆਵੋ ਅਤੇ ਦੂਸਰੇ ਪਾਸਿਓਂ ਲੈ ਆਵੋ, ਜਿੱਧਰੋਂ ਮਰਜ਼ੀ ਲੈ ਆਵੋ, ਤੁਸੀਂ ਆਪ ਲਿਆਉਣ ਕੇ ਇੱਕ ਤਾਂ ਤੁਹਾਨੂੰ ਮਟੀਰੀਅਲ ਅੱਛਾ ਮਿਲੇਗਾ ਜੀ ਜੀ। ਇਹਨਾਂ ਦੇ ਵਿੱਚ ਵੀ ਜਾਂ ਜਿਹੜੇ ਪਾਈਪ ਹੁੰਦੇ ਆ ਇਹਨਾਂ ਦੀ ਜਿਹੜੀ ਮੋਟਾਈ ਜਿਹਨੂੰ ਆਪਾਂ ਥਿਕਨੈਸ ਕਹਿੰਦੇ ਹਾਂ ਜੀ, ਉਹਨਾਂ ਦਾ ਵੀ ਫਰਕ ਹੁੰਦਾ ਵਾ। ਠੀਕ ਹੈ, ਇਹ ਨਾ ਹੋਵੇ ਕਿ ਜਿਹੜਾ ਬੰਦੇ ਨੇ ਮਟੀਰੀਅਲ ਤੁਹਾਨੂੰ ਲਿਆਉਣ ਕੇ ਦਿੱਤਾ ਉਹਦੇ ਦੇਖਣ ਨੂੰ ਪਾਈਪ 3 ਇੰਚੀ ਮੋਟੇ ਹੋਣ ਮਗਰ ਉਹਨਾਂ ਦੀ ਜਿਹੜੀ ਮੋਟਾਈ ਆ ਉਹ ਇੰਨੀ ਜ਼ਿਆਦਾ ਨਾ ਹੋਵੇ। ਠੀਕ ਹੈ, ਕਿ ਜਿਹੜਾ ਇਹ ਸਾਰਾ ਲੋਡ ਵੀ ਬਰਦਾਸ਼ਤ ਕਰਨ। ਠੀਕ ਹੈ, ਇਹ ਜਿਹੜੇ ਪਾਈਪ ਨੇ ਜੀ ਜੀ, ਇਹਨਾਂ ਦੀ ਮੋਟਾਈ 3 ਇੰਚ, ਜਿਹੜਾ ਇਹ ਪਾਈਪ ਆ ਇਹ 3 ਇੰਚ ਮੋਟਾ ਵਾ ਜੀ, ਇਹ ਵਾਲਾ ਜੀ ਜੀ। ਇਹਦੇ ਤਰ੍ਹਾਂ ਹੀ ਜਿਹੜੇ ਇਹ ਨੇ ਇਹ ਵੀ 3 ਇੰਚ ਦੇ ਨੇ, ਆ ਜਿਹੜੇ ਇਹ ਦੂਸਰੇ ਨੇ ਜੀ ਜੀ ਐਲ ਸ਼ੇਪ ਨੇ, ਇਸੇ ਤਰ੍ਹਾਂ ਹੀ ਇਹ ਉੱਪਰ ਨੇ ਉਹ ਛੋਟੇ ਨੇ ਪੈਪ ਲੱਗੇ, ਉਹਨਾਂ ਦੀ ਕਟਿੰਗ ਕਰਕੇ ਉਹ ਲੈਂਥਾਂ ਦੀ ਬਣਾਈ ਗਈ ਆ। ਠੀਕ ਹੈ, ਹਾਂਜੀ। ਅੱਛਾ ਸਰ, ਥੋੜਾ ਮੈਂ ਪੁੱਛਾਂ ਦਾ, ਇਹ ਜਿਹੜਾ ਤੁਸੀਂ ਦੱਸਿਆ ਕੰਕਰੀਟ ਜੀ ਜੀ, ਉਹਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੈ? ਉਹ 3.5 ਫੁੱਟ ਆ ਜੀ, ਜ਼ਮੀਨ ਦੇ ਅੰਦਰ ਇਹ ਸਾਰਾ ਚੱਲ ਜਾਂਦਾ ਵਾ। ਠੀਕ ਹੈ, ਇਹਦੇ ਵਿੱਚ ਕੜਾ ਬਣਾਈ ਦਾ ਜਿੱਦਾਂ ਇਹ 3 ਫੁੱਟ ਦੇ ਇਹ ਨਟ ਐਂਡ ਬੋਲਡ ਆ ਤੁਹਾਡੇ, ਇਹ ਬਾਹਰ ਜਦੋਂ ਤੁਸੀਂ ਅਗਰ ਵੇਖਿਆ ਜਾਵੇ ਇਹਨੂੰ ਐਲ ਸ਼ੇਪ 'ਚ ਬਣਾਉਂਦੇ ਆ। ਠੀਕ ਹੈ, ਜਿੱਦਾਂ ਹਾਕੀ ਨਹੀਂ ਹੁੰਦੀ ਜੀ ਜੀ, ਉਸ ਤਰ੍ਹਾਂ ਬਣਾ ਕੇ ਇਸ ਤਰ੍ਹਾਂ, ਔਰ ਇਹਨੂੰ ਵੈਲਡ ਕੀਤਾ ਜਾਂਦਾ। ਠੀਕ ਹੈ, ਠੀਕ ਹੈ, ਜਿਸ ਤਰ੍ਹਾਂ ਆਪਾਂ ਲੈਂਟਰ ਪਾਈ ਦਾ ਨਾ ਉਹ ਛੋਟਾ ਹੁੰਦਾ, ਇਹ ਬੜਾ ਕੜਾ ਹੁੰਦਾ, ਇਸ ਤਰ੍ਹਾਂ ਇਹਨੂੰ ਵੈਲਡਿੰਗ ਕੀਤਾ ਜਾਂਦਾ। ਔਰ ਇਹਦੇ ਵਿੱਚ ਰੱਖ ਕੇ ਅਸੀਂ ਇਹਦਾ ਇੱਕ ਸਾਂਚਾ ਬਣਾਇਆ ਸੀ ਜੀ ਜੀ, ਸਾਂਚਾ ਬਣਾ ਕੇ ਅਤੇ ਉਹਨੂੰ ਉਹਦੇ ਵਿੱਚ ਰੱਖਿਆ ਗਿਆ, ਔਰ ਉਹਦੇ ਵਿੱਚ ਰੇਤ ਬਜਰੀ ਸੀਮਟ ਉਹ ਜਿਹੜਾ ਉਹਨੂੰ ਵਿੱਚ ਪਾ ਕੇ ਉਹਨੂੰ ਤਕਰੀਬਨ ਤੁਸੀਂ 2 ਘੰਟੇ ਉਹਨੂੰ ਰਹਿਣ ਦੇਣਾ ਉਸ ਤਰ੍ਹਾਂ ਜੀ ਜੀ। ਉਸ ਤੋਂ ਬਾਅਦ ਉਹਨੂੰ ਖੋਲ੍ਹ ਦੇਣਾ, ਉਹਨੂੰ 2 ਦਿਨ ਖੁਸ਼ਕ ਹੋਣ ਨਹੀਂ ਦਿਓ, ਉਸ ਤੋਂ ਬਾਅਦ ਉਹਨਾਂ ਜ਼ਮੀਨ 'ਚ ਖੱਡਾ ਕੱਢੋ, ਖੱਡਾ ਕੱਢ ਕੇ ਤੁਹਾਨੂੰ ਉੱਥੇ ਫਿੱਟ ਕਰ ਦਿਓ। ਉਹਨਾਂ ਇਹ ਕਿ ਤੁਹਾਡਾ ਜਿਹੜਾ ਉੱਪਰੋਂ ਪਾਈਪ ਦਾ ਲੈਵਲ ਆ ਨਾ ਉਹ ਆਊਟ ਨਹੀਂ ਹੋਏਗਾ। ਠੀਕ ਹੈ, ਅਤੇ ਇਹਨੂੰ ਸਰ ਸਰਦੀ 'ਚ ਕਿੰਝ ਇਸਤੇਮਾਲ ਕਰਦੇ ਹੋ? ਸਰਦੀ ਦੇ ਵਿੱਚ ਇਹਦੇ ਵਿੱਚ ਚਾਦਰ ਆ ਸ਼ੀਟਾਂ ਲਾਈਆਂ ਜਨਾਬ ਜੀ, ਕਿਉਂਕਿ ਜ਼ਿਆਦਾਤਰ ਜਿਹੜੀ ਤੁਹਾਡੀ ਸਰਦੀ ਹੈ ਨਾ ਉਹ ਇਹ 2 ਸਾਈਡਾਂ ਤੋਂ ਆਉਂਦੀ, ਇਹ ਰਾਈਟ ਸਾਈਡ ਅਤੇ ਇਹ ਦੂਸਰੀ ਸਾਈਡ ਜਿੱਥੇ ਸੂਰਜ ਗਰੂਬ ਹੁੰਦਾ ਜੀ। ਠੀਕ ਹੈ, ਇੱਧਰੋਂ ਹਵਾ ਜ਼ਿਆਦਾ ਚੱਲਦੀ ਆ, ਦੂਸਰੀ ਜਿੱਧਰੋਂ ਸੂਰਜ ਨਿਕਲ ਰਿਹਾ ਹੁੰਦਾ ਇੱਧਰੋਂ ਹਵਾ ਬਹੁਤ ਘੱਟ ਚੱਲਦੀ ਹੁੰਦੀ ਆ, ਇਸ ਲਈ ਅਸੀਂ ਇਹ ਜਿਹੜੀਆਂ ਸਾਈਡਾਂ 'ਤੇ ਉਹ ਸ਼ੀਟਾਂ ਲਾਈਆਂ ਵਾ ਸਰਦੀਆਂ ਨੂੰ ਇਹ ਕਵਰ ਕਰਦੇ ਰਹੀਆਂ, ਖੋਲ੍ਹਦੇ ਰਹੀਆਂ। ਠੀਕ ਹੈ, ਉਹਦੇ ਵਿੱਚ ਸਰਦੀਆਂ ਦੇ ਵਿੱਚ ਜਾਨਵਰ ਮਾਸ਼ਾਅੱਲਾ ਠੀਕ ਰਹਿੰਦਾ। ਦੂਸਰਾ ਇਹ ਕਿ ਤੁਹਾਡੀ ਜਿਹੜੀ ਫੀਡ ਪਾ ਰਹੇ ਹੋ ਨਾ ਉੱਥੇ ਵੀ ਇਹ ਹੁੰਦਾ ਕਿ ਜਾਨਵਰ ਖਾ ਕੀ ਰਿਹਾ ਵਾ, ਕਿਉਂਕਿ ਉਹਦੇ ਅੰਦਰ ਐਨਰਜੀ ਹੋਵੇਗੀ ਅਤੇ ਉਹ ਆਪਣੇ ਆਪ ਨੂੰ ਉਸ ਸਰਦੀ ਦੇ ਵਿੱਚ ਰੱਖੇਗਾ ਸੈੱਟ। ਠੀਕ ਹੈ ਸਰ, ਜਿਹੜਾ ਤੁਹਾਡਾ ਸ਼ੈੱਡ ਹੈ ਇਹ ਰਿਮੂਵੇਬਲ ਵੀ ਹੈ? ਹਾਂਜੀ, ਅਤੇ ਲੋਅ ਕਾਸਟ ਵੀ ਹੈ? ਇਹ ਲੋਅ ਕਾਸਟ ਵੀ ਆ, ਅਗਰ ਤੁਸੀਂ, ਕਿਉਂਕਿ ਜਿਹੜੀ ਛੱਤ ਹੈ ਉਹ ਤੁਸੀਂ ਦੇਸੀ ਬਣਾਈਏ, ਉਂਝ ਜਿਹੜਾ ਦੂਸਰਾ ਸਿਸਟਮ ਹੈ ਉਹ ਟੈਕਨੀਕਲ ਮਾਡਰਨ ਨੇ, ਮਾਡਰਨ ਉਹਨੂੰ ਤੁਸੀਂ ਤਾਂ ਕਿ ਕੱਲ੍ਹ ਨੂੰ ਕਿਤੇ ਵੀ ਲਿਜਾ ਸਕਦੇ ਹੋ, ਤੁਹਾਨੂੰ ਉਹਦੇ ਵਿੱਚ ਇਹ ਨਹੀਂ ਹੋਏਗਾ ਕਿ ਉੱਥੋਂ ਬੰਦੇ ਲਿਆਓ ਜੀ ਉਹਨੂੰ ਕਰੋ, ਇਹ ਆਪ ਵੀ ਤੁਸੀਂ ਅੱਜ ਤੋਂ ਬੱਚੇ ਆਪਣੇ ਇਕੱਠੇ ਕਰਕੇ ਜੀ ਅਤੇ ਉਹ ਨਟ ਬੋਲਟ ਖੋਲ੍ਹ ਲਓ, ਨਟ ਖੋਲ੍ਹ ਕੇ ਅਤੇ ਉਹਨਾਂ ਨੂੰ ਉੱਤੋਂ ਸਿਰਕੀ ਲਾਓ ਅਤੇ ਲਾ ਕੇ ਅਤੇ ਉਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਓ।
ਠੀਕ ਹੈ ਰਾਣਾ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਅੱਲਾ ਹਾਫਿਜ਼। ਓਕੇ ਜੀ, ਅੱਲਾ।